ਪੰਜਾਬ ਚ ਆਮ ਆਦਮੀ ਪਾਰਟੀ 13 ਦੀਆਂ 13 ਲੋਕ ਸਭਾ ਚੋਣਾਂ ਇਕੱਲੇ ਲੜੇਗੀ। ਇਸ ਦੇ ਲਈ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੇ ਲਈ ਸਰਵੇ ਵੀ ਜਿਹੜੇ ਨੇ ਸ਼ੁਰੂ ਕਰ ਦਿੱਤੇ ਨੇ ਔਰ ਨਿਊਜ਼ 18 ਦੀ ਜਾਣਕਾਰੀ ਮੁਤਾਬਕ 13 ਲੋਕ ਸਭਾ ਸੀਟਾਂ ਦੇ ਉੱਤੇ ਤਕਰੀਬਨ 40 ਕੈਂਡੀਡੇਟ ਸ਼ੋਰਟ ਲਿਸਟ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਜਲੰਧਰ ਸੁਸ਼ੀਲ ਰਿੰਕੂ ਦਾ ਨਾਮ ਕਨਫਰਮ ਹੈ, ਲੇਕਿਨ 12 ਸੀਟਾਂ ਦੇ ਉੱਤੇ ਕਿਤੇ 2 ਕੈਂਡੀਡੇਟ ਸ਼ੋਰਟ ਲਿਸਟ ਕੀਤੇ ਗਏ ਨੇ ਤੇ ਕਿਤੇ 3 ਤੋਂ 4 ਕੈਂਡੀਡੇਟ ਸ਼ੋਰਟ ਲਿਸਟ ਕੀਤੇ ਗਏ ਨੇ। ਔਰ ਜਾਣਕਾਰੀ ਨਿਊਜ਼ 18 ਨੂੰ ਇਹ ਵੀ ਮਿਲੀ ਹੈ ਕਿ ਇੰਡੀਆ ਅਲਾਇੰਸ ਦੀ ਅਗਲੀ ਮੀਟਿੰਗ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਇਹ ਗੱਲ ਕਹੀ ਜਾਏਗੀ ਕਿ ਪੰਜਾਬ ਦੇ ਵਿੱਚ ਕਾਂਗਰਸ ਇਕੱਲੇ 13 ਸੀਟਾਂ ਤੇ ਚੋਣ ਲੜੇ ਔਰ ਆਮ ਆਦਮੀ ਪਾਰਟੀ ਇਕੱਲੇ 13 ਸੀਟਾਂ ਤੇ ਚੋਣ ਲੜੇ। ਇਹ ਨਿਊਜ਼ 18 ਦੇ ਸੋਰਸਿਸ ਜਾਣਕਾਰੀ ਦੇ ਰਹੇ ਨੇ। ਔਰ ਪਿਛਲੀ ਜਿਹੜੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਸੀਗੀ ਅਰਵਿੰਦ ਕੇਜਰੀਵਾਲ ਦੇ ਵੱਲੋਂ, ਉਸ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਹਰੀ ਝੰਡੀ ਦੇ ਦਿੱਤੀ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਇਕੱਲੇ 13 ਸੀਟਾਂ ਦੇ ਉੱਤੇ ਚੋਣ ਲੜੇਗੀ। ਔਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਜਿਹੜੇ 40 ਉਮੀਦਵਾਰ ਸ਼ੋਰਟ ਲਿਸਟ ਕੀਤੇ ਨੇ ਉਹਨਾਂ ਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਤਵੱਜੋ ਦਿੱਤੀ ਗਈ ਹੈ, ਮਹਿਲਾਵਾਂ ਨੂੰ ਤਵੱਜੋ ਦਿੱਤੀ ਗਈ ਹੈ, ਉੱਥੇ ਹੀ ਜਿਹੜੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਜਿਹੜੇ ਵਰਕਰ ਜਾਂ ਵਲੰਟੀਅਰ ਨੇ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਵਿੱਚ ਤਵੱਜੋ ਦਿੱਤੀ ਗਈ ਹੈ। ਤਾਂ ਨਿਊਜ਼ 18 ਇਹ ਕਲੀਅਰ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ਹੁਣ ਲੋਕ ਸਭਾ ਸੀਟਾਂ ਦੇ ਉੱਤੇ 13 ਦੀ 13 ਇਕੱਲੇ ਚੋਣ ਲੜੇਗੀ, ਕਿਉਂਕਿ ਨਿਊਜ਼ 18 ਦੇ ਪਲੇਟਫਾਰਮ ਤੇ ਵੀ ਪਿਛਲੇ ਦਿਨਾਂ 'ਚ ਮੁੱਖ ਮੰਤਰੀ ਵੱਲੋਂ ਇਹ ਗੱਲ ਕਿਹਾ ਗਿਆ ਸੀ ਕਿ ਅਸੀਂ 13 ਸੀਟਾਂ ਤੇ ਲੜਾਂਗੇ ਤੇ ਜਿੱਤਾਂਗੇ, ਔਰ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।